ਸ਼ਾਹਕੋਟ ਜ਼ਿਮਨੀ ਚੋਣ ਲੜੇਗੀ ਆਮ ਆਦਮੀ ਪਾਰਟੀ। ਰਤਨ ਸਿੰਘ ਕਾਕੜ ਕਲਾਂ ਹੋਣਗੇ ਉਮੀਦਵਾਰ। ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਉਹਨਾਂ ਦੀ ਪਾਰਟੀ ਵੱਲੋਂ ਰਤਨ ਸਿੰਘ ਕਾਕੜ ਕਲਾਂ ਚੋਣ ਲੜਨਗੇ। ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਹੀ ਲੀਹਾਂ 'ਤੇ ਲਿਆਉਣ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਪਾਰਟੀ ਹੋਰ ਵੀ ਸਰਗਰਮੀ ਨਾਲ ਕੰਮ ਕਰੇਗੀ। ਇਸ ਮੌਕੇ 'ਤੇ ਮਨੀਸ਼ ਸਿਸੋਦੀਆ ਨੇ ਕਿਹਾ, ਡਿਸੀਜ਼ਨ ਕੇ ਬਾਅਦ ਕਿਸੇ ਵੀ ਪਾਰਟੀ ਮੇਂ ਨਾ ਮੇਰਾ ਸੈਟਿਸਫਾਈ ਹੋਣਾ ਨਹੀਂ ਹੋਣਾ ਇੰਪੋਰਟੈਂਟ ਹੋਤਾ ਹੈ ਨਾ ਕਿਸੇ ਔਰ ਕਾ। ਜਬ ਪਾਰਟੀ ਡਿਸੀਜ਼ਨ ਕਰਤੀ ਹੈ, ਪਾਰਟੀ ਸਾਮੂਹਿਕ ਰੂਪ ਸੇ ਡਿਸੀਜ਼ਨ ਕਰਤੀ ਹੈ। ਹਾਂ, ਤੋ ਪਾਰਟੀ ਕਾ ਡਿਸੀਜ਼ਨ ਹੈ ਔਰ ਪਾਰਟੀ ਕੇ ਡਿਸੀਜ਼ਨ ਸੇ ਪਾਰਟੀ ਕਾ ਹਰ ਕਾਰਯਕਰਤਾ ਸੈਟਿਸਫਾਈਡ ਹੈ। ਜਹਾਂ ਕਿਸੇ ਕੋਈ ਕਮਿਊਨੀਕੇਸ਼ਨ ਗੈਪ ਥਾ, ਕੋਈ ਕਨਫਿਊਜ਼ਨ ਥਾ, ਕੋਈ ਇਲੂਜ਼ਨ ਪੈਦਾ ਕੀਆ ਗਿਆ ਚਾਰੋ ਤਰਫ, ਔਰ ਇਹ ਪਾਰਟੀ ਕੀ ਡੈਮੋਕ੍ਰੇਸੀ ਹੈ ਕਿ ਹਮ ਆਪਣੇ ਸਭ ਕੇ ਵਿਊ ਪੁਆਇੰਟ ਕੋ ਉਤਨੀ ਰੈਸਪੈਕਟ ਦੇਤੇ। ਅਬ ਮੇਰਾ ਰਿਕੁਐਸਟ ਇਹ ਹੈ ਕਿ ਪੰਜਾਬ ਕੀ ਜਨਤਾ, ਪੰਜਾਬ ਕਾ ਕਿਸਾਨ ਜਲਤੇ ਹੋਏ ਤਾਰੋਂ ਸੇ ਦੁਖੀ ਹੈ, ਭ੍ਰਿਸ਼ਟਾਚਾਰ ਸੇ ਦੁਖੀ ਹੈ। ਪੰਜਾਬ ਕਾ ਕਿਸਾਨ ਔਰ ਪੰਜਾਬ ਕੀ ਜਨਤਾ ਆਮ ਆਦਮੀ ਪਾਰਟੀ ਕੀ ਮਾਫੀ ਸੇ ਦੁਖੀ ਨਹੀਂ ਹੈ। ਜਿਨ ਮੁੱਦੋਂ ਸੇ ਦੁਖੀ ਹੈ, ਮੇਰੀ ਰਿਕੁਐਸਟ ਰਹੇਗੀ, ਆਪ ਇੰਟਰੈਸਟ ਉਸਮੇ ਲੇਂਗੇ ਤੋ ਪੰਜਾਬ ਕਾ ਵੀ ਭਲਾ ਹੋਗਾ।